PS-TET दिसंबर 2021 ਦੀਆਂ ਇਨਸਟਰਕਸ਼ਨ ਬੜੀਆਂ ਜ਼ਰੂਰੀ ਨੇ ਜੇਕਰ ਸਾਨੂੰ ਨਹੀਂ ਪਤਾ ਤਾਂ ਅਸੀਂ ਜਹੀਆਂ ਗਲਤੀਆਂ ਕਰ ਜਾਂਦੇ ਹਾਂ ਕਿ ਜਿੱਤ ਤੋਂ ਹਾਰ ਵੱਲ ਪਹੁੰਚ ਜਾਂਦੇ ਹਾਂ ਠੀਕ ਪੇਪਰ 1 ਐਡਮਿਟ ਕਾਰਡ ਤੁਹਾਡੇ ਕੋਲ ਪਹੁੰਚ ਜੁਨੇ ਹਨ ਚੁੱਕੇ ਹਨ ਪੇਪਰ ਜਿਹੜਾ ਪਹਿਲਾ ਹੈ ਉਸ ਦਾ ਸਮਾਂ ਹੈ ਸਵੇਰੇ 9 ਵਜੇ ਤੁਸੀਂ ਰਿਪੋਰਟ ਕਰਨੀ ਹੈ 9:15 ਵਜੇ ਤੱਕ ਹੈ 9 ਵਜੇ ਤੱਕ ਤੁਸੀਂ ਪਹੁੰਚ ਜਾਓ 10 ਵਜੇ ਤੁਹਾਡਾ ਪੇਪਰ ਸ਼ੁਰੂ ਹੈ ਪੇਪਰ 2 2:30 ਮਿੰਟ ਤੇ ਸ਼ੁਰੂ ਹੈ ਤੇ 45 ਮਿੰਟ ਪਹਿਲਾਂ ਤੁਸੀਂ ਪਹੁੰਚ ਜਾਣਾ ਹੈ 45 ਮਿੰਟ ਦੀ ਜਗ੍ਹਾ ਤੇ ਤੁਸੀਂ 1:30 ਮਿੰਟ ਤੇ ਪਹੁੰਚ ਜਾਓ ਕਿਉਂਕਿ ਟੈਨਸ਼ਨ ਉਸ ਵਕਤ ਨਹੀਂ ਹੋਣੀ ਚਾਹੀਦੀ ਟੈਨਸ਼ਨ ਜੋ ਹੈ ਨੈਗੇਟਿਵ ਪੇ ਕਰਦੀ ਹੈ ਹੋਰ ਇੰਪੋਰਟੈਂਟ ਇਨਸਟਰਕਸ਼ਨ ਹੈ ਕਿ ਅਕਸਰ ਬੱਚੇ ਗਲਤੀਆਂ ਕਰ ਦਿੰਦੇ ਹਨ ਕਿ ਇੱਥੇ ਸਿਗਨੇਚਰ ਪਹਿਲਾਂ ਕਰ ਲੈਂਦੇ ਹਨ ਜਦੋਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਹੋ ਤੇ ਇਨਵਿਜੀਲੇਟਰ ਤੁਹਾਡੇ ਕੋਲ ਹੈ ਇਨਵਿਜੀਲੇਟਰ ਮੀਨ ਜੋ ਨਿਗਰਾਨ ਕਰ ਰਹੇ ਹਨ ਤੁਹਾਡੇ ਪੇਪਰ ਦੀ ਦੇਖਰੇਖ ਕਰ ਰਹੇ ਹਨ ਕਿ ਜੋ ਕਮਰੇ ਵਿੱਚ ਟੀਚਰ ਹੈ ਠੀਕ ਉਸ ਦੇ ਸਾਹਮਣੇ ਉਹਨਾਂ ਦੇ ਕਹਿਣ ਤੇ ਇੱਥੇ ਸਿਗਨੇਚਰ ਹੋਣੇ ਹਨ ਠੀਕ ਹੈ ਇੱਥੇ ਸਿਗਨੇਚਰ ਸਿਰਫ ਇਨਵਿਜੀਲੇਟਰ ਦੇ ਹੋਣੇ ਹਨ ਇੱਥੇ ਤੁਹਾਡੇ ਆਪਣੇ ਹੋਣੇ ਹਨ ਪਰ ਉਹਨਾਂ ਦੀ ਪ੍ਰੈਜ਼ੈਂਟ ਵਿੱਚ ਇਨਵਿਜੀਲੇਟਰ ਦੀ ਪ੍ਰੈਜ਼ੈਂਟ ਵਿੱਚ ਠੀਕ ਨੈਕਸਟ ਇਨਸਟਰਕਸ਼ਨ ਹੈ ਮਾਸਕ ਪਹਿਨਣਾ ਜ਼ਰੂਰੀ ਹੈ ਕਿਉਂਕਿ ਕੋਵਿਡ ਦਾ ਦੌਰ ਅਜੇ ਚੱਲ ਰਿਹਾ ਹੈ ਦੂਸਰਾ ਜੋ ਗਵਰਨਮੈਂਟ ਨੇ ਟਾਈਮ ਟੂ ਟਾਈਮ ਇਨਸਟਰਕਸ਼ਨ ਦਿੱਤੀਆਂ ਹੈ ਕੋਵਿਡ ਲਈ ਉਹ ਤੁਹਾਨੂੰ ਪਤਾ ਹੋਣ ਤੇ ਉਹਨੂੰ ਫਾਲੋ ਕਰਨਾ ਜ਼ਰੂਰੀ ਹੈ ਨੰਬਰ 3 ਐਡਮਿਟ ਕਾਰਡ ਤੁਹਾਡੇ ਕੋਲ ਚਾਹੀਦਾ ਹੈ ਇਸ ਤੋਂ ਬਿਨਾਂ ਐਂਟਰੀ ਨਹੀਂ ਹੋਏਗੀ ਐਡਮਿਟ ਕਾਰਡ ਤੇ ਸਕੈਨਡ ਫੋਟੋ ਜਿਹੜੀ ਹੈ ਤੁਹਾਨੂੰ ਆਈ ਹੋਈ ਡਾਊਨਲੋਡ ਕੀਤੀ ਹੈ ਤੁਸੀਂ ਉਸ ਤੇ ਸਿਗਨੇਚਰ ਤੁਹਾਡੇ ਚਾਹੀਦੇ ਹਨ ਦੂਸਰਾ ਗਜ਼ਟਡ ਆਫੀਸਰ ਦੀ ਬੇਸ਼ੱਕ ਉਹ ਸਕੂਲ ਦਾ ਪ੍ਰਿੰਸੀਪਲ ਹੈ ਗਵਰਨਮੈਂਟ ਸਕੂਲ ਦਾ ਜਾਂ ਕੋਈ ਡਾਕਟਰ ਹੈ ਸਰਕਾਰੀ ਉਹਨਾਂ ਤੋਂ ਤੁਸੀਂ ਆਪਣੀ ਫੋਟੋ ਤੇ ਸਿਗਨੇਚਰ ਕਰਵਾਉਣੇ ਹਨ ਉਹਨਾਂ ਤੋਂ ਅਟੈਸਟੇਸ਼ਨ ਕਰਵਾਉਣੀ ਹੈ ਜੇਕਰ ਤੁਹਾਡੀ ਫੋਟੋ ਸਕੈਨ ਨਹੀਂ ਆਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਗਜ਼ਟਡ ਆਫੀਸਰ ਦੇ ਕੋਲ ਆਪਣੀ ਪੇਸਟ ਫੋਟੋ ਕਰਕੇ ਉਸ ਤੇ ਉਹਨਾਂ ਦੇ ਸਿਗਨੇਚਰ ਕਰਵਾ ਲੈਣੇ ਹਨ ਠੀਕ ਇਸ ਤੋਂ ਬਿਨਾਂ ਤੁਹਾਡੇ ਕੋਲ ਆਈਡੀ ਕਾਰਡ ਜ਼ਰੂਰ ਚਾਹੀਦਾ ਹੈ ਆਈਡੀ ਕਾਰਡ ਉਹ ਜਿਸ ਤੇ ਤੁਹਾਡੀ ਫੋਟੋ ਜ਼ਰੂਰ ਹੋਵੇ ਫੋਰ ਐਗਜ਼ਾਮਪਲ ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ ਤੁਹਾਡਾ ਪਾਸਪੋਰਟ ਹੋ ਸਕਦਾ ਹੈ ਆਧਾਰ ਕਾਰਡ ਹੋ ਸਕਦਾ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਜੇ ਕੋ ਤੁਹਾਡੇ ਕੋਲ ਆਈ ਕਾਰਡ ਹੈ ਤੇ ਉਹ ਤੁਹਾਡੇ ਕੋਲ ਉਸ ਵਕਤ ਚਾਹੀਦਾ ਹੈ ਤੁਹਾਨੂੰ ਉੱਥੇ ਸ਼ੋ ਕਰਨਾ ਪਏਗਾ ਉਸ ਤੋਂ ਬਿਨਾਂ ਐਂਟਰੀ ਨਹੀਂ ਹੋਏਗੀ ਪਾਣੀ ਦੀ ਬੋਤਲ ਲਿਜਾ ਸਕਦੇ ਹੋ ਲੇਕਿਨ ਟ੍ਰਾਂਸਪੇਰੈਂਟ ਚਾਹੀਦੀ ਹੈ ਕੋਈ ਸਟicker ਲੱਗਾ ਨਹੀਂ ਹੋਣਾ ਚਾਹੀਦਾ ਤੇ ਕੋਈ ਪ੍ਰਿੰਟ ਕੁਝ ਲਿਖਿਆ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਇਹ ਇਲੈਕਟ੍ਰੋਨਿਕ ਡਿਵਾਈਸ ਬੇਸ਼ੱਕ ਉਹ ਤੁਹਾਡਾ ਮੋਬਾਈਲ ਫੋਨ ਹੈ ਬੇਸ਼ੱਕ ਕੋਈ ਰੇਡੀਓ ਹੈ ਕੈਲਕੂਲੇਟਰ ਹੈ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਲਿਜਾਣਾ ਬਿਲਕੁਲ ਮਨਾ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਿਗਰਟ ਅਲਕੋਹਲ ਕਰਕੇ ਅੰਦਰ ਐਗਜ਼ਾਮ ਦੇ ਨਹੀਂ ਜਾ ਸਕਦੇ ਜੇਕਰ ਕੈਂਡੀਡੇਟ ਇਸ ਤਰ੍ਹਾਂ ਪਾਇਆ ਜਾਂਦਾ ਹੈ ਤੇ ਉਸ ਨੂੰ ਐਗਜ਼ਾਮ ਸੈਂਟਰ ਤੋਂ ਬਾਹਰ ਕੱਢ ਦਿੱਤਾ ਜਾਏਗਾ ਜਿਹੜੀ ਤੁਹਾਡੀ ਸੀਟ ਦੱਸੀ ਜਾਂਦੀ ਹੈ ਤੁਸੀਂ ਆਪਣੀ ਸੀਟ ਤੇ ਬੈਠਣਾ ਹੈ ਦੂਸਰੇ ਕਿਸੇ ਦੀ ਸੀਟ ਤੇ ਨਹੀਂ ਬੈਠ ਸਕਦੇ ਤੇ ਆਪਣੀ ਮਰਜ਼ੀ ਨਾਲ ਕੋਈ ਵੀ ਸੀਟ ਚੇਂਜ ਨਹੀਂ ਕਰ ਸਕਦੇ ਜੇ ਕਿਸੇ ਸਟੂਡੈਂਟ ਨੂੰ ਕੰਟੇਜੀਅਸ ਡਿਜ਼ੀਜ਼ ਹੋ ਫੋਰ ਐਗਜ਼ਾਮਪਲ ਕੋਈ ਕੋਲਡ ਹੈ ਚਿਕਨ ਪੌਕਸ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਰੋਗ ਹੈ ਤਾਂ ਉਹ ਇਨਵਿਜੀਲੇਟਰ ਨੂੰ ਰਿਕੁਐਸਟ ਕਰਕੇ ਸੈਪਰੇਟ ਸੀਟ ਲੈ ਸਕਦੇ ਹਨ ਤੇ ਲੈਣੀ ਜ਼ਰੂਰੀ ਵੀ ਹੈ ਖਾਂਸੀ ਵਗੈਰਾ ਇਸ ਤਰ੍ਹਾਂ ਦਾ ਕੋਈ ਸਿੰਪਟਮ ਲੱਗਦਾ ਹੈ ਤਾਂ ਕੋਵਿਡ ਨਾਲ ਰਿਲੇਟਡ ਕੋਈ ਸਿੰਪਟਮ ਲੱਗਦਾ ਹੈ ਤਾਂ ਤੁਸੀਂ ਆਪਣੀ ਸੀਟ ਵੱਖਰੀ ਲੈ ਸਕਦੇ ਹੋ ਐਗਜ਼ਾਮ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਐਗਜ਼ਾਮੀਨੇਸ਼ਨ ਸੈਂਟਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਜੇਕਰ ਤੁਹਾਨੂੰ ਐਮਰਜੈਂਸੀ ਹੈ ਤਾਂ ਤੁਸੀਂ ਸੈਂਟਰ ਸੁਪਰਡੈਂਟ ਤੋਂ ਪਰਮਿਸ਼ਨ ਲੈ ਕੇ ਜਾ ਸਕਦੇ ਹੋ ਤੁਸੀਂ ਆਪਣਾ ਪੈਨ ਯੂਜ਼ ਨਹੀਂ ਕਰ ਸਕਦੇ ਸੈਂਟਰ ਵੱਲੋਂ ਐਗਜ਼ਾਮੀਨੇਸ਼ਨ ਸੈਂਟਰ ਵੱਲੋਂ ਪੈਨ ਪ੍ਰੋਵਾਈਡ ਕੀਤਾ ਜਾਏਗਾ ਉਸੇ ਨਾਲ ਹੀ ਤੁਸੀਂ ਸਰਕਲ ਕਰਕੇ ਜੋ ਓਐਮਆਰ ਸ਼ੀਟ ਫਿਲ ਕਰਨੀ ਹੈ ਰਿਸਪੌਂਸ ਦੇਣੇ ਹਨ ਉਸੇ ਨਾਲ ਹੀ ਕੀਤੇ ਜਾਣਗੇ ਜੇ ਤੁਹਾਨੂੰ ਜ਼ਿਆਦਾ ਚਿੰਤਾ ਹੈ ਤਾਂ ਤੁਸੀਂ ਪੈਨ ਪੈਨਸਿਲ ਬਲੈਕ ਪੈਨ ਜਾਂ ਬਲੂ ਪੈਨ 2-3 ਵੈਰਾਈਟੀ ਦੇ ਜਿੱਦਾਂ ਦੀ ਤੁਹਾਡੀ ਚਿੰਤਾ ਹੈ ਉਹ ਲਿਜਾ ਸਕਦੇ ਹੋ ਪਰ ਇਹ ਮੰਨ ਕੇ ਚੱਲੋ ਕਿ ਉਹ ਤੁਹਾਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਹੀ ਛੱਡਣਾ ਪਏਗਾ ਅਗਲੀ ਇਨਸਟਰਕਸ਼ਨ ਬੜੀ ਇੰਪੋਰਟੈਂਟ ਹੈ ਕਿ ਜੋ ਤੁਸੀਂ ਸਰਕਲ ਡਾਰਕ ਕਰਨਾ ਹੈ ਇਹ ਗੋਲ ਕਰਨਾ ਹੈ ਉਹ ਬਹੁਤ ਜ਼ਿਆਦਾ ਉਸ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਜੇਕਰ ਬਾਹਰ ਆਂਦਾ ਹੈ ਦੂਸਰਾ ਕਿ ਤੁਸੀਂ ਕਟਿੰਗ ਕਰਦੇ ਹੋ ਇਹ ਇੰਪੋਰਟੈਂਟ ਇਨਸਟਰਕਸ਼ਨ ਹੈ ਇਹ ਜ਼ਰੂਰ ਸੁਣ ਲੈਣੀ ਚਾਹੀਦੀ ਹੈ ਨਾ ਓਵਰਰਾਈਟਿੰਗ ਹੋਵੇ ਨਾ ਕਟਿੰਗ ਹੋਵੇ ਠੀਕ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਰਿਜ਼ਲਟ ਇਫੈਕਟ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਮੇਰੀ ਹਿਦਾਇਤ ਇਹ ਹੈ ਕਿ ਇੱਕ ਵਾਰ 5-7 ਵਾਰ ਕੁਝ ਸਰਕਲ ਨੂੰ ਘਰ ਵਿੱਚ ਤੁਸੀਂ ਪ੍ਰੈਕਟਿਸ ਕਰਕੇ ਜਾਓ ਤੇ ਕਿਉਂਕਿ ਪ੍ਰੈਕਟਿਸ ਕਰਨ ਦਾ ਤਰੀਕਾ ਕੀ ਹੁੰਦਾ ਹੈ ਬਾਹਰ ਪਹਿਲਾਂ ਬਾਹਰੋਂ ਤੁਸੀਂ ਉਸ ਨੂੰ ਸਰਕਲ ਕਰ ਲਓ
बारो सर्कल करके फिर अंदरों फिल कर दो। ठीक, सर्कल जो करते हो तुसी एक चार ऑप्शन होनी है, चार ऑप्शन जो एक सर्कल करनी है, एक सर्कल जो कर देती है दोबारा उसको कटिंग नहीं कर सकते। अस जानते हाँ कि पेपर दे चार सेट होते हैं ए बी सी डी, तुसी पहला अपना सेट वेख लेना है क्योंकि ऑर्डर ऑफ जेड़े की हुंदी है राइट रिस्पांस हुंदी है ए सेट दी वक्री हुंदी है, बी दी वक्री हुंदी है, सी दी वक्री हुंदी है, डी दी वक्री हुंदी है, इसलिए जे तुसी अपने सेट नू देख लेना है ते अपनी आंसर बुकलेट नाल मैच करके अकॉर्डिंगली आंसर लगाने हन। जेकर अजे ही मिस मैचिंग हुंदी है ਤਾਂ ਤੁਹਾਡਾ ਰਿਜ਼ਲਟ ਇਫੈਕਟ ਹੋਏਗਾ। ਅਸੀਂ ਜਾਣਦੇ ਹਾਂ ਕਿ ਅਸੀਂ ਆਪਸ਼ਨ ਪੇਪਰ ਲਏ ਹੁੰਦੇ ਹਨ ਖਾਸ ਕਰਕੇ ਪੇਪਰ 2 ਵਾਲੇ ਵਿਦਿਆਰਥੀਆਂ ਲਈ, ਕਿਉਂਕਿ ਕਿਸੇ ਦਾ ਮੈਥਮੈਟਿਕਸ ਤੇ ਸਾਇੰਸ, ਕਿਸੇ ਦਾ ਸੋਸ਼ਲ ਸਾਇੰਸ, ਜੋ ਵੀ ਆਪਸ਼ਨ ਤੁਸੀਂ ਆਪਟ ਕੀਤੀ ਹੋਈ ਹੈ ਉਹ ਆਪਸ਼ਨ ਨੂੰ ਦੇ ਹੀ ਉਹ ਐਮ ਆਰ ਸ਼ੀਟ ਤੇ ਕੁਐਸਚਨ ਨੂੰ ਸੋਲਵ ਕਰਨਾ ਹੈ, ਮਾਰਕ ਕਰਨਾ ਹੈ। ਕਈ ਵਾਰੀ ਅਜਿਹੀ ਗਲਤੀ ਬੱਚੇ ਕਰ ਜਾਂਦੇ ਹਨ ਕਿ ਕੰਟੀਨਿਊਟੀ ਵਿੱਚ ਆਨਸਰ ਦਿੰਦੇ ਜਾਂਦੇ ਹਨ। ਜੇਕਰ ਤੁਹਾਡੇ ਸਕਿਪ ਹੈ ਵਿੱਚ ਕੁਝ ਸੈੱਟ 30 ਕੁਐਸਚਨ ਕਿਸੇ ਹੋਰ ਪੇਪਰ ਦੇ ਹਨ ਜਿਹੜਾ ਤੁਸੀਂ ਆਪਟ ਨਹੀਂ ਕੀਤਾ ਤਾਂ ਤੁਸੀਂ ਕੇਅਰਫੁਲੀ ਉਸਨੂੰ ਦੇਖ ਕੇ ਉਹਨੇ ਛੱਡ ਕੇ ਤੇ ਆਪਣੇ ਮਾਰਕ ਜੋ ਨੰਬਰ ਆਉਂਦਾ ਹੈ, ਕੁਐਸਚਨ ਨੰਬਰ ਆਉਂਦਾ ਹੈ ਜਿਹੜਾ ਤੁਸੀਂ ਆਪਟ ਕੀਤਾ ਹੈ ਉਸ ਤੇ ਮਾਰਕ ਕਰਨਾ। ਤੇ ਇਹ ਆਪਸ਼ਨ ਉਹੀ ਹੋਏਗੀ ਜਿਹੜੀ ਰਜਿਸਟ੍ਰੇਸ਼ਨ ਜਦੋਂ ਤੁਸੀਂ ਕਰਵਾਉਣੀ ਸੀ ਉਸ ਵਕਤ ਤੁਸੀਂ ਫਿਲ ਕੀਤੀ ਸੀ। ਨੈਗੇਟਿਵ ਮਾਰਕਿੰਗ ਕੋਈ ਨਹੀਂ ਹੈ, ਪੋਜ਼ਿਟਿਵ ਮਾਰਕਿੰਗ ਹੈ। ਇਸ ਲਈ ਸਭ ਕੁਐਸਚਨ ਤੁਹਾਨੂੰ ਕਰਨੇ ਚਾਹੀਦੇ ਹਨ। ਉਹ ਕੁਐਸਚਨ ਕਿਸ ਤਰ੍ਹਾਂ ਕਰਨੇ ਨੇ ਅਲੱਗ ਵੀਡੀਓ ਅਪਲੋਡ ਕਰ ਦਿੰਦਾ ਹਾਂ। ਇੱਕ ਕੁਐਸਚਨ ਦਾ ਇੱਕ ਮਾਰਕ ਹੋਏਗਾ। ਜਦ ਤੱਕ ਤੁਹਾਨੂੰ ਕਿਹਾ ਇਨਵਿਜੀਲੇਟਰ ਵੱਲੋਂ ਕਿਹਾ ਨਹੀਂ ਜਾਂਦਾ ਕਿ ਬੁੱਕਲੈਟ ਓਪਨ ਕਰ ਲਓ ਟਾਈਮ ਸਟਾਰਟ, ਤਦ ਤੱਕ ਤੁਸੀਂ ਆਪਣੀ ਬੁਕਲੈਟ ਦੀ ਸੀਲ ਨਹੀਂ ਖੋਲ ਸਕਦੇ। ਜੇਕਰ ਅਜਿਹਾ ਕਰਦੇ ਹੋ ਤਾਂ ਐਕਸ਼ਨ ਲਿਆ ਜਾ ਸਕਦਾ ਹੈ। ਹਿਦਾਇਤ ਦੁਬਾਰਾ ਹੈ ਕਿ ਇੱਕ ਤੋਂ ਜ਼ਿਆਦਾ ਤੁਸੀਂ ਓ ਐਮ ਆਰ ਸ਼ੀਟ ਤੇ ਸਰਕਲ ਨਹੀਂ ਕਰਨੇ। ਚਾਰ ਆਪਸ਼ਨ ਚੋਂ ਇੱਕ ਆਪਸ਼ਨ ਨੂੰ ਹੀ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਜਾਂ ਬੈਸਟ ਲੱਗਦੀ ਹੈ ਉਹ ਆਪਸ਼ਨ ਟਿਕ ਕਰਨੀ ਹੈ। ਕੁਐਸਚਨ ਪੇਪਰ ਦੇ ਅਕਸਰ ਐਂਡ ਵਿੱਚ ਇੱਕ ਜਾਂ ਦੋ ਪੇਜ ਦਿੱਤੇ ਹੁੰਦੇ ਨੇ, ਰਫ ਵਰਕ ਸਿਰਫ ਤੁਸੀਂ ਉਸ ਤੇ ਕਰ ਸਕਦੇ ਹੋ। ਕੁਐਸਚਨ ਪੇਪਰ ਹੈ ਤੇ ਇੱਕ ਕਾਰਬਨ ਕਾਪੀ ਹੈ, ਧਿਆਨ ਨਾਲ ਯਾਦ ਰੱਖਣਾ ਹੈ। ਕਾਰਬਨ ਕਾਪੀ ਤੇ ਤੁਹਾਨੂੰ ਇਹ ਪਤਾ ਰਹਿੰਦਾ ਹੈ ਕਿ ਕਿਹੜੇ ਕੁਐਸਚਨ ਦਾ ਆਪਸ਼ਨ ਕੀ, ਕਿਹੜਾ ਆਨਸਰ ਤੁਸੀਂ ਦਿੱਤਾ ਹੈ। ਠੀਕ, ਪੇਪਰ ਖਤਮ ਹੋਣ ਤੋਂ ਬਾਅਦ ਉਹ ਬੁੱਕਲੈਟ ਪੂਰੀ ਤੁਸੀਂ ਨਾਲ ਆਪਣੇ ਘਰ ਲੈ ਜਾ ਸਕਦੇ ਹੋ ਅਤੇ ਨਾਲ ਹੀ ਕਾਰਬਨ ਕਾਪੀ ਲੈ ਜਾ ਸਕਦੇ ਹੋ। ਜਦੋਂ ਪ੍ਰੋਵੀਜ਼ਨਲ ਰਿਜ਼ਲਟ ਆਉਂਦਾ ਹੈ ਤਾਂ ਤੁਸੀਂ ਉਸ ਤੋਂ ਆਪਣਾ ਰਿਜ਼ਲਟ ਮੈਚ ਕਰ ਸਕਦੇ ਹੋ। ਜੇ ਕੋਈ ਗਵਰਨਮੈਂਟ ਇੰਪਲਾਈ, ਗਵਰਨਮੈਂਟ ਜੌਬ ਕਰਦਾ ਇੰਪਲਾਈ ਇਸ ਐਗਜ਼ਾਮ ਵਿੱਚ ਅਪੀਅਰ ਹੋ ਰਿਹਾ ਹੈ ਤਾਂ ਉਸਨੂੰ ਪੇਰੈਂਟ ਡਿਪਾਰਟਮੈਂਟ ਤੋਂ, ਆਪਣੇ ਡਿਪਾਰਟਮੈਂਟ ਤੋਂ ਸਭ ਤੋਂ ਪਹਿਲਾਂ ਅਪਰੂਵਲ ਰਿਟਰਨ ਲੈਣੀ ਹੋਏਗੀ ਤੇ ਉਸਨੂੰ ਉਹਦਾ ਰੀਜ਼ਨ ਵੀ ਐਕਸਪਲੇਨ ਕਰਨਾ ਹੋਏਗਾ। ਹਰ ਐਗਜ਼ਾਮ ਦੀ ਤਰ੍ਹਾਂ ਅਟੈਂਡੈਂਸ ਸ਼ੀਟ ਆਏਗੀ, ਉਸ ਤੇ ਸਿਗਨੇਚਰ ਕਰਨੇ ਜ਼ਰੂਰੀ ਹਨ। ਜੇਕਰ ਤੁਸੀਂ ਨਹੀਂ ਕਰਦੇ ਅਟੈਂਡੈਂਸ ਸ਼ੀਟ ਤੇ ਤਾਂ ਤੁਸੀਂ ਐਬਸੈਂਟ ਮਾਰਕ ਕੀਤੇ ਜਾਓਗੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੁਐਸਚਨ ਗਲਤ ਹੈ, ਵੇਗ ਹੈ, ਉਸ ਵਕਤ ਤੁਸੀਂ ਉਸਦੀ ਕੋਈ ਟੈਂਸ਼ਨ ਨਹੀਂ ਲੈਣੀ। ਇੱਕ ਇੰਸਟਰਕਸ਼ਨ ਹੈ ਕਿ ਇਸ ਅਜਿਹੀ ਐਮਬੀਗੁਇਟੀ ਦੇ ਵਿੱਚ ਤੁਸੀਂ ਵੈਬਸਾਈਟ PSTET.PSEB.AC.IN ਤੇ ਆਪਣੇ ਦੁੱਖ ਦਾ ਪ੍ਰਗਟਾਵਾ, ਚਿੰਤਾ ਦਾ ਪ੍ਰਗਟਾਵਾ ਲਿਖਤੀ ਰੂਪ ਵਿੱਚ ਕਰ ਸਕਦੇ ਹੋ, ਆਨਲਾਈਨ ਕਰ ਸਕਦੇ ਹੋ। ਜੋ ਐਕਸਪਰਟ ਕਮੇਟੀ ਤੋਂ ਤੁਹਾਡੇ ਸ਼ਿਕਾਇਤ ਜਾਏਗੀ ਕਿ ਇਹ ਕੁਐਸਚਨ ਦਾ ਇਹ ਜਵਾਬ ਸੀ ਜਾਂ ਕੁਛ ਵੀ ਅਜਿਹਾ ਹੁੰਦਾ ਹੈ ਤਾਂ ਉਹ ਕਮੇਟੀ ਦਾ ਡਿਸੀਜਨ ਫਾਈਨਲ ਹੋਏਗਾ ਤੇ ਦਿੱਤੀ ਹੋਈ ਡੇਟ ਤੋਂ ਬਾਅਦ ਕੋਈ ਤੁਹਾਡੀ ਰਿਕੁਐਸਟ ਨਹੀਂ ਸੁਣੀ ਜਾਏਗੀ। ਇਹ ਰਿਕੁਐਸਟ ਹੈ ਕਿ ਜਿਹੜੀ ਵੈਬਸਾਈਟ ਦੱਸੀ ਹੈ PSTET.PSEB.AC.IN ਰੈਗੂਲਰਲੀ ਚੈੱਕ ਕਰਦੇ ਰਹੋ। ਇਸ ਤੋਂ ਇਲਾਵਾ ਤੁਹਾਨੂੰ ਕੋਈ ਕਮਿਊਨੀਕੇਸ਼ਨ ਕਿਸੇ ਅਖਬਾਰ ਵਿੱਚ ਜਾਂ ਤੁਹਾਡੇ ਮੋਬਾਈਲ ਫੋਨ ਤੇ ਨਹੀਂ ਆਏਗਾ। ਤੁਹਾਡਾ ਫਰਜ਼ ਹੈ ਕਿ ਤੁਸੀਂ ਰੈਗੂਲਰ ਉਹ ਰਿਕੁਐਸਟ ਸੋਰੀ ਜਿਹੜੀ ਹੈ ਵੈਬਸਾਈਟ ਹੈ ਚੈੱਕ ਕਰ। ਜੇਕਰ ਕਿਸੇ ਕੈਂਡੀਡੇਟ ਨੂੰ 40% ਤੋਂ ਵੱਧ ਡਿਸਏਬਿਲਿਟੀ ਹੈ, ਡਿਸਏਬਿਲਿਟੀ 2016 ਦਾ ਐਕਟ, ਜੋ ਡਿਸਏਬਿਲਿਟੀ ਪਰਸਨ ਵਿਦ ਡਿਸਏਬਿਲਿਟੀ ਐਕਟ ਪਾਸ ਹੋਇਆ ਹੈ ਉਹਦੇ ਵਿੱਚ ਅਸੀਂ ਜਾਣਦੇ ਹਾਂ 21 ਡਿਸਏਬਿਲਿਟੀਜ਼ ਹੈ। ਪਹਿਲਾਂ ਵਾਲੇ ਐਕਟ 1995 ਵਾਲੇ 7 ਡਿਸਏਬਿਲਿਟੀ ਸੀ,
ਹੁਣ ਵਾਲੇ ਦੇ ਜੋ 21 ਡਿਸੇਬਿਲਿਟੀਜ਼ ਹੈ ਜੇਕਰ 40% ਤੋਂ ਵੱਧ ਹੈ ਤਾਂ ਉਹਨਾਂ ਨੂੰ ਕੈਂਡੀਡੇਟਸ ਨੂੰ ਸਮਾਂ ਜਿਹੜਾ ਹੈ 50 ਮਿੰਟ ਵੱਧ 1 ਘੰਟੇ ਦੇ ਪਿੱਛੇ 20 ਮਿੰਟ ਵੱਧ ਦਿੱਤਾ ਜਾਏਗਾ ਇਸ ਤੋਂ ਇਲਾਵਾ ਤੁਸੀਂ ਕਿਸ ਤਰ੍ਹਾਂ ਓਵਰਆਲ ਪੇਪਰ ਦੇਣਾ ਹੈ ਜਿਹਦੇ ਵਿੱਚ ਤੁਸੀਂ 5 ਤੋਂ 10 ਮਾਰਕਸ ਇਸੇ ਤਰ੍ਹਾਂ ਗੇਨ ਕਰ ਸਕਦੇ ਹੋ ਮਤਲਬ ਕਿ ਉਹ ਗਲਤੀਆਂ ਨਾ ਕਰਨ ਤੇ ਮੈਂ ਕੋਈ ਜਾਦੂ ਨਹੀਂ ਦੱਸਾਂਗਾ ਉਹ ਵੀਡੀਓ ਵੱਖਰੇ ਤੌਰ ਤੇ ਅਪਲੋਡ ਕੀਤਾ ਜਾ ਰਿਹਾ ਹੈ ਜੇ ਤੁਸੀਂ ਡਿਫਿਕਲਟ ਕੁਐਸਚਨ ਜਿਹੜੇ ਆਉਂਦੇ ਹਨ ਜਿਨ੍ਹਾਂ ਦਾ ਜਵਾਬ ਸਾਨੂੰ ਜਲਦੀ ਲੱਭਣਾ ਨਹੀਂ ਹੈ ਸਾਈਕੋਲੋਜੀਕਲ ਕੁਝ ਮੈਥਡ ਹੁੰਦੇ ਨੇ ਉਹ ਇੱਕ ਵੀਡੀਓ ਵਿੱਚ ਦੱਸਾਂਗਾ ਤੇ ਇਸ ਤੋਂ ਇਲਾਵਾ ਜਿਹੜੇ ਕੁਐਸਚਨ ਦਾ ਆਨਸਰ ਸਾਨੂੰ ਨਹੀਂ ਪਤਾ ਹੁੰਦਾ ਤੇ ਗੈਸ ਲਗਾਉਣਾ ਹੀ ਪੈਂਦਾ ਹੈ ਜਨਰਲੀ 10 ਤੋਂ 20% ਅਜਿਹੇ ਕੁਐਸਚਨ ਹੁੰਦੇ ਹਨ ਉਹ ਗੈਸ ਕਿਸ ਤਰ੍ਹਾਂ ਲਗਾਏ ਜਾ ਸਕਦੇ ਹਨ ਤੇ ਚੌਥਾ ਤੇ ਕੁਝ ਕੈਂਡੀਡੇਟ ਜਿਹੜੇ ਲੂਜ਼ਰ ਹਨ ਤੇ ਉਹ ਗਲਤੀਆਂ ਕਰਦੇ ਹਨ ਉਹ ਗਲਤੀਆਂ ਨਾ ਤੁਸੀਂ ਦੁਹਰਾਉਣਾ ਉਹ ਗਲਤੀਆਂ ਦਾ ਜ਼ਿਕਰ ਇੱਕ ਵੀਡੀਓ 'ਚ ਕਰਾਂਗਾ Thank you.